नमस्कार, आप देख रहे हैं एनस्टार न्यूज। हलका समराला की एक विधवा महिला को नकली चेक देकर दंपत्ति ने की 9.5 लाख की ठगी। महिला की शिकायत पर और बैंक की सिफारिश पर इस मामले में पुलिस द्वारा जांच के बाद दंपत्ति पर मामला तो दर्ज किया गया, मगर ठगी करने वाले आरोपी पति पत्नी पुलिस की गिरफ्त से बाहर होने की वजह से महिला को धमकियां दे रहे हैं, जिस पर महिला इंसाफ के लिए खन्ना के SSP दफ्तर पहुंची और कार्रवाई करवाने की मांग कर रही है। वहीं दूसरी तरफ खन्ना के SP तेजिंदर सिंह संधु आरोपियों को जल्द पकड़ने का भरोसा दिलवा रहे हैं। क्या नाम है टोटल? मेरा नाम संजीव कौर है सर। किथों रहने वाले? पिंड शामगढ़ा जी मेरा। की मैटर है सर? मेरा मैटर ये सी है, मेरे लागदे पिंड ने पड़ौदी तो सरबजीत सिंह ते उन्हां दी पत्नी कमलजीत कौर सर, उन्होंने मेरे तो पेमेंट ली सी। किन्नी पेमेंट? पेमेंट सी 9 लाख, 9.5 लाख रुपया। पहला उन्होंने मेरे तो ब्याज ते 3 लाख रुपया लिया सीगा कचहरियां परो नोट बना के, उन्होंने मेरे मोड़ ते फिर उन्होंने चलो विश्वास च लैके मैनू कहिंदे तुसीं होर पैसे दे दो, भी तुहानू असीं तुहाडा कुछ बन जूगा, क्योंकि मेरे हसबेंड है नहीं सीगे। 2000 ਦੇ ਵਿੱਚ ਉਹਦੀ ਡੈਥ ਹੋ ਗਈ ਸੀ। ਤੇ ਫੈਮਿਲੀ ਚ ਕੌਣ ਕੌਣ ਹੈ? ਫੈਮਿਲੀ ਸਰ ਮੈਂ ਹੀ ਆਇਆ, ਮੇਰੇ 2 ਬੱਚੇ ਨੇ, ਤੇ ਫਿਰ ਉਹਨਾਂ ਨੇ ਮੇਰੇ ਤੋਂ 2014 ਦੇ ਵਿੱਚ ਲਿੱਤੇ ਸੀਗੇ। ਸਾਨੂੰ ਰੇਲਵੇ ਚ ਸਾਡੀ ਜ਼ਮੀਨ ਆਈ ਸੀਗੀ, ਉਹਦੀ ਪੇਮੈਂਟ ਮੇਰੇ ਕੋ ਪਈ ਸੀ, ਉਹਨਾਂ ਨੂੰ ਪਤਾ ਸੀਗਾ, ਤੇ ਫਿਰ ਉਹਨਾਂ ਨੇ ਬਦਲੇ 'ਚ ਮੈਨੂੰ ਚੈੱਕ ਦਿੱਤੇ ਸੀਗੇ। ਕਿੰਨੇ ਪੈਸੇ ਲਿੱਤੇ ਤੁਹਾਡੇ ਤੋਂ? ਮੇਰੇ ਤੋਂ ਉਹਨਾਂ ਨੇ 2,72,000 ਦਾ ਇੱਕ ਚੈੱਕ ਸੀਗਾ, ਕੁੱਲ ਰਕਮ ਸੀਗੀ 9,57,000, ਤੇ ਬਦਲੇ 'ਚ ਉਹਨਾਂ ਨੇ ਮੈਨੂੰ ਚੈੱਕ ਦੇ ਦਿੱਤੇ, ਜਿਹੜੇ ਕਿ ਕਹਿੰਦੇ ਵੀ ਇਹ ਤੁਹਾਡੇ ਕੋਲ ਚੈੱਕ ਪਏ ਨੇ ਸਾਡੇ, ਵਧੀਰ ਤੁਹਾਨੂੰ ਜੀ ਵਿਸ਼ਵਾਸ ਨਹੀਂ ਹੈਗਾ ਆ ਚੈੱਕ ਨੇ ਸਾਡੇ, ਅਤੇ ਫਿਰ ਜਦੋਂ ਮਤਲਬ ਮੈਂ ਉਹਨਾਂ ਤੋਂ ਪੈਸੇ ਟਾਈਮ ਹੋਣ 'ਤੇ ਮੰਗੇ, ਉਹਨਾਂ ਨੇ ਮੈਨੂੰ ਦਿੱਤੇ ਨਹੀਂ ਗੇ ਉਹ, ਮੈਂ ਬਹੁਤ ਗੇੜੇ ਲਾਏ ਲੂਏ। ਜਾਂ ਬੇਵਾਹ ਹੋ ਗਈ, ਮੈਨੂੰ ਇੱਦਾਂ ਹੀ ਵਿਸ਼ਵਾਸ ਦੇ ਵਿੱਚ ਲੈ ਕੇ ਕਹਿੰਦੇ ਸਾਨੂੰ ਸਾਡੇ ਬੱਚਿਆਂ ਦੀ ਸਹੁੰ ਸੀ, ਤੇਰੇ ਪੈਸੇ ਹੀ ਰੱਖ ਦੇ, ਤੂੰ ਵਿਧਵਾ ਏ ਤਾਂ ਬਹੁਤ ਔਖੇ ਮਤਲਬ ਪੈਸੇ ਦੁੱਧ ਪਾ ਕੇ ਜੋੜੇ ਨੇ, ਅਸੀਂ ਹਿੰਦੀ ਦੀ ਪੈਸੇ ਰੱਖ ਦੇ। ਮੈਨੂੰ ਤਾਂ ਜਦੋਂ ਇੱਥੇ ਮੈਂ ਦਰਖਾਸਤ ਦਿੱਤੀ, ਫਿਰ ਇਹ ਮੇਰੇ ਘਰ ਵੀ ਆ ਕੇ ਮੈਨੂੰ ਧਮਕੀ ਦੇ ਗਏ, ਕਹਿੰਦੇ ਤੇਰੇ ਬੱਚਿਆਂ ਦਾ ਫਿਊਚਰ ਖਰਾਬ ਕਰ ਦਾਂਗੇ। ਦੋਨੇ ਜਣੇ ਸੀਗੇ ਹਸਬੈਂਡ ਵਾਈਫ, ਗੱਡੀ 'ਚ ਆਏ ਸੀ ਸ਼ਾਮ ਨੂੰ 7 ਵਜੇ, ਅਤੇ ਫਿਰ ਮੈਂ ਇੱਥੇ ਫਿਰ ਦੂਏ ਦਿਨ ਇਹਨੇ ਮੇਰੇ 'ਤੇ ਹਮਲਾ ਕਰਾਇਆ, ਫਿਰ ਮੈਂ SSP ਸਾਹਿਬ ਨੂੰ ਜਦੋਂ ਹੀ ਫੈਕਸ ਪਾਈ, ਅਤੇ ਤਾਂ ਫਿਰ ਮੇਰੀ ਮਤਲਬ ਇਹਨਾਂ ਨੇ ਜਦੋਂ ਮਤਲਬ ਕਾਰਵਾਈ ਕਰੀ, ਸਾਰੀ ਸ਼ਨਾਖਤ ਕਰੀ, ਫਿਰ ਬੈਂਕ ਨੇ ਵੀ ਆਪਣੀ ਸਟੇਟਮੈਂਟ ਦਿੱਤੀ, ਤਾਂ ਉਹਦੇ ਵਿੱਚ ਉਹ ਚੈੱਕ ਮਤਲਬ ਨਕਲੀ ਪਾਏ ਗਏ ਨੇ। ਜਿਹੜੇ ਚੈੱਕ ਤੁਹਾਨੂੰ ਦਿੱਤੇ ਸੀ ਉਹ ਕਲੀਅਰ ਨਹੀਂ ਹੋਏ? ਨਹੀਂ, ਉਹ ਹੋਏ ਨਹੀਂ, ਉਹ ਮੈਨੇਜਰ ਸਾਹਿਬ ਕਹਿੰਦੇ ਵੀ ਇਹ ਪੁਲਿਸ ਕੇਸ ਬਣਦਾ ਹੈ, ਕਿਉਂਕਿ ਇਹ ਚੈੱਕ ਸਹੀ ਨਹੀਂ ਹੈਗੇ, ਅਸੀਂ ਇਹਨਾਂ ਨੂੰ ਕੋਈ ਚੈੱਕ ਬੁੱਕ ਨਹੀਂ ਦਿੱਤੀ ਹੈਗੀ। ਅਤੇ ਫਿਰ ਹਾਂਜੀ, ਫਿਰ ਉਹਨਾਂ ਨੇ ਇਹਨਾਂ ਨੂੰ ਸਟੇਟਮੈਂਟ ਦਿੱਤੀ ਤਾਂ ਮਤਲਬ ਪਰਚਾ ਹੋਇਆ ਇਹਨਾਂ 'ਤੇ, ਅਤੇ ਪਰ ਹੁਣ ਪਰਚਾ ਇਹਦੇ ਵਿੱਚ 6 ਜਨਵਰੀ ਨੂੰ ਹੋ ਗਿਆ ਸੀਗਾ 21 ਦੇ ਵਿੱਚ, ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ। ਮੈਨੂੰ 3 ਮਹੀਨੇ ਹੋ ਗਏ, ਮੈਂ ਬਹੁਤ ਥਾਣਿਆਂ ਦੇ ਚੱਕਰ ਲਾ ਲਏ, ਇੱਥੇ SSP ਸਾਹਿਬ ਨੂੰ ਵੀ 2 ਦਰਖਾਸਤਾਂ 2-3 ਪਾ ਚੁੱਕੀ ਹਾਂ। ਕੀ ਕਰਦੇ ਹਸਬੈਂਡ ਵਾਈਫ? ਉਹ ਘਰ ਵਾਲੀ ਜੀ, ਉਹਦੀ ਮਤਲਬ ਬਾਲਿਓ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ 'ਚ ਪੜ੍ਹਾਉਂਦੀ ਹੈ ਜੀ। ਸਰਕਾਰੀ ਟੀਚਰ? ਹਾਂਜੀ, ਆਪ ਇਹ ਕੋਈ ਪ੍ਰਧਾਨ ਹੈ ਜੀ। ਤੇ ਹੁਣ ਤੁਹਾਨੂੰ ਕਿੰਨੀ ਦੇਰ ਹੋ ਗਈ ਇਸ ਮਾਮਲੇ ਦੇ ਵਿੱਚ? ਸਰ ਅਸਲ ਦੇ ਵਿੱਚ ਤਾਂ ਮੈਨੂੰ 7-8 ਮਹੀਨੇ ਹੋ ਗਏ ਨੇ ਜੱਦੀ ਇਹਨਾਂ 'ਤੇ ਮਤਲਬ ਪਰਚਾ ਹੋਇਆ, 4 ਮਹੀਨੇ 3-4 ਮਹੀਨੇ ਹੋ ਚੁੱਕੇ ਨੇ, ਮਤਲਬ ਕੋਈ ਕਾਰਵਾਈ ਨਹੀਂ ਹੈਗੀ। ਬੰਦਾ ਭਗੌੜਾ ਉੱਤੇ ਜੀ ਮੈਨੂੰ ਧਮਕੀਆਂ ਦੇ ਰਿਹਾ ਵੀ ਇਹ ਕਾਰਵਾਈ ਨੂੰ ਬੰਦ ਕਰ ਦੇ ਤੂੰ, ਨਹੀਂ ਤੇਰਾ ਕੋਈ ਜਾਨੀ ਨੁਕਸਾਨ ਹੋਊਗਾ। ਮੇਰੀ ਬੇਟੀ ਵੀ ਮਤਲਬ ਜੌਬ ਕਰਦੀ ਸੀ, ਉਹਨੂੰ ਮੈਂ ਹਟਾ ਲਿਆ। ਪੁਲਿਸ ਫੜ ਕਿਉਂ ਨਹੀਂ ਰਹੀ ਉਹਨਾਂ ਨੂੰ? ਕੋਈ ਡਰ ਹੈ ਤੁਹਾਨੂੰ? ਸਰ ਮੈਂ ਤਾਂ ਇਹੀ ਸਮਝਦੀ ਹਾਂ ਵੀ ਉਹ ਬੰਦੇ ਦਾ ਇੰਨਾ ਪ੍ਰੈਸ਼ਰ ਆ, ਕਿਉਂਕਿ ਉਹਨੇ ਇਨਕੁਆਰੀਆਂ ਵੀ ਲਵਾਈਆਂ ਇੱਥੇ ਹਮਾਇਤਪੁਰੀਆਂ ਨੂੰ ਵੀ ਲੈ ਕੇ ਆਏ, ਉਹ ਇਨਕੁਆਰੀ ਵੀ ਮੇਰੇ ਹੱਕ 'ਚ ਹੀ ਹੋਈ, ਕਿਉਂਕਿ ਬੈਂਕ ਨੇ ਦਿੱਤੀ ਹੋਈ ਹੈ ਸਰ, ਸਿੱਧਾ ਕੇਸ ਹੈ ਇਹ, ਬਹੁਤ ਹੀ ਸਟਰੋਂਗ ਕੇਸ ਆ ਨਕਲੀ ਚੈੱਕਾਂ ਦਾ, ਉੱਤੇ ਜੀ ਬੈਂਕ ਨੇ ਵੀ ਆਪਣਾ ਦੇ ਦਿੱਤਾ ਵੀ ਅਸੀਂ ਇਹਨਾਂ ਨੂੰ ਕੋਈ ਦਿੱਤੀ ਨਹੀਂ ਹੈਗੀ। ਇਸ ਕਰਕੇ ਸਰ ਮਤਲਬ ਪ੍ਰੈਸ਼ਰ ਉਹਨੇ ਬਹੁਤ ਪਾਇਆ ਹੋਇਆ, ਜਿਹੜਾ ਕਿ ਪੁਲਿਸ ਉਹ 'ਤੇ ਉਹਨੂੰ ਅਰੈਸਟ ਨਹੀਂ ਪਾ ਰਹੀ। ਮੈਂ ਤਾਂ ਸਰ ਇਹੀ ਕਹਿਣੀ ਹੈ ਵੀ ਪੁਲਿਸ ਤੋਂ ਮੈਂ ਤਾਂ SSP ਸਾਹਿਬ ਨੂੰ ਇਹ ਕਹਿਣੀ ਹੈ ਵੀ ਜੇ ਹੁਣ ਪੁਲਿਸ ਤੋਂ ਦੇ ਹੱਥ ਖੜ੍ਹੇ ਹੋ ਚੁੱਕੇ ਨੇ ਤਾਂ ਮੇਰਾ ਕੇਸ CI ਸਟਾਫ ਨੂੰ ਦਿੱਤਾ ਜਾਵੇ, ਨਹੀਂ ਉਹਨਾਂ ਨੂੰ ਅਰੈਸਟ ਪਾਇਆ ਜਾਵੇ ਸਰ, ਕਿਉਂਕਿ ਮੈਨੂੰ ਬਹੁਤ ਖਤਰਾ ਹੈ। ਮੈਂ ਖੇਤਾਂ 'ਚ ਰਹਿੰਦੀ ਹਾਂ, ਮੇਰੇ ਘਰ ਆਣ ਪਛਾਤੇ ਬੰਦੇ ਦਿਨ ਦੇ ਵਿੱਚ ਆਏ ਨੇ, ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਕੋਈ ਨੁਕਸਾਨ ਹੋਊਗਾ, ਨਹੀਂ ਇਹ ਕੇਸ ਨੂੰ ਵਾਪਸ ਲੈ ਲਾ। ਇਹ ਕੋਈ ਸੰਜੀਵ ਕੌਰ ਹੈਗੀ ਹੈ ਲੇਡੀ ਸ਼ਾਮਗੜ੍ਹ ਦੀ, ਉਹ ਦੁੱਧ ਦਾ ਕੰਮ ਕਰਦੀ ਹੈ, ਡੈਰੀ ਚਲਾਉਂਦੀ ਆ, ਉਹਦੀ ਰੇਲਵੇ ਲਾਈਨ ਦੇ ਵਿੱਚ ਜ਼ਮੀਨ ਆਈ ਹੋਈ ਸੀ, ਉਹਦੇ ਪੈਸੇ ਮਿਲੇ ਸੀਗੇ ਉਹਨੂੰ। ਸਰਬਜੀਤ ਸਿੰਘ ਹੈਗਾ ਪੜੌਦੀ ਪਿੰਡ ਦਾ,
उन्होंने उन्हों लालच दिता कि असी तेरे पैसे इनवैसट कर दें क्राउन कंपनी से, तो उतों इस चक्कर 7,57,000 रुपये ले गए थे। तो बाद पड़ताल हो गए, परचा दर्ज होया हुआ हूँ, इस वे भजे हुए ने। उन्हें कंप्लेट की 1-1 से कि भी मैनू धमकिया दे रहे, वो संबंध से असी पार्टी भी भेजी सी, पार्टी उन्होंने लभ रहे हैं, घरों भजे हुए ने। सर जी जी वाइफ है सर, कहते भी टीचर है कहते प्राइमरी टीचर, कि उन्होंने भी चैक किया जा रहा? हाँ जी, उन्हें परचा दोनों से ही दर्ज होया है, कमलजीत कौर से भी होया हुआ, तो सरबजीत सिंह भी होया। कद तक अरैसट कर लिता जाए? साढ़े वालों तो जे अज मिल गए अज ही कर लेना, कोई टाइम कोई नहीं है, उन्होंने भजे हुए ने कोर्ट को। Thank you.